ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਹੈ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਤੋਂ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਸ ਸਮਾਜ ਕਾਲਜ ਦੇ ਬਾਹਰ ਟ੍ਰੈਫਿਕ ਪੁਲਿਸ ਨੇ ਨਾਕਾ ਲਾਇਆ ਔਰ ਜਿਹੜੇ ਸਫਾਰੀ ਗੱਡੀ ਥਾਰ ਗੱਡੀ 'ਤੇ ਸਵਾਰ ਹੋ ਕੇ ਗੇੜੀਆਂ ਲਾ ਰਹੇ ਸਨ ਉਹਨਾਂ ਨੂੰ ਪੁਲਿਸ ਨੇ ਫੜਿਆ ਮੌਕੇ 'ਤੇ ਚੌਂਕੀ ਉੱਥੇ ਬਿਠਾਇਆ ਉਹਨਾਂ ਨੂੰ ਬੈਠਕ ਦਿੱਤੇ ਔਰ ਉਹਨਾਂ ਤੋਂ ਮਾਫੀਆ ਮੰਗਵਾਈਆਂ ਔਰ ਉਹਨਾਂ ਦਾ ਚਲਾਨ ਵੀ ਕੱਟਿਆ ਉਹਨਾਂ ਦੀ ਗੱਡੀ ਦੀ ਚੈਕਿੰਗ ਵੀ ਕੀਤੀ। ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ 'ਤੇ ਦਿਖਾ ਰਹੇ ਹਾਂ ਫਿਰੋਜ਼ਪੁਰ ਤੋਂ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਮੁੰਡਿਆਂ 'ਤੇ ਕਾਰਵਾਈ ਕੀਤੀ ਗਈ ਔਰ ਇਹਨਾਂ ਮੁੰਡਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸ ਤਰੀਕੇ ਨਾਲ ਇਸ ਕਾਲਜ ਦੇ ਬਾਹਰ ਗੇੜੀਆਂ ਲਾ ਰਹੇ ਨੇ ਅਤੇ ਮੁੰਡੇ ਕਹਿੰਦੇ ਕਿ ਅਸੀਂ ਪਹਿਲੀ ਵਾਰ ਇੱਥੇ ਅੱਜ ਆਏ ਹਾਂ, ਅਸੀਂ ਪਹਿਲਾਂ ਇੱਥੇ ਕਦੇ ਨਹੀਂ ਆਏ ਔਰ ਪੁਲਿਸ ਨੇ ਜਿਹੜੇ ਐਕਸ਼ਨ ਇਹਨਾਂ 'ਤੇ ਕੀਤਾ ਇਹਨਾਂ ਦਾ ਚਲਾਨ ਕੱਟਿਆ ਤਾਂ ਤੁਹਾਨੂੰ ਇੱਕ ਵਾਰ ਪੂਰੀ ਇਹ ਵੀਡੀਓ ਸੁਣਾਉਂਦੇ ਹਾਂ। ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਉੱਥੇ ਕਿੰਨਾ ਸ਼ਹਿਰ ਚ ਆਵਾਜ਼ ਆਉਂਦਾ ਨੂੰ ਦਿਸ ਰਹੇ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਚਰ ਦੀਆਂ ਬਣਾਈਆਂ ਨਾ ਜਿਹੜੀਆਂ ਜਿਹੜਾ ਅੱਜ ਦਾ ਨਾਕਾ ਜੀ
ਤੇ ਮਾਨਯੋਗ SSP ਫਿਰੋਜ਼ਪੁਰ ਸ੍ਰੀ ਸੋਮਿਆ ਮਿਸ਼ਰਾ ਜੀ, ਉਹਨਾਂ ਦੀਆਂ ਹਦਾਇਤਾਂ 'ਤੇ ਲਗਾਇਆ ਗਿਆ। ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਇੱਥੇ ਜਿਹੜੇ ਆ ਸਿਰ ਫਿਰੇ ਆ ਅਤੇ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ। ਇਸ ਕਰਕੇ ਲਗਾਤਾਰ ਹੀ ਇੱਥੇ ਨਾਕਾ ਲੱਗ ਰਿਹਾ ਅਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵਹੀਕਲ ਆ ਜਿਹੜੇ ਉਹ ਵਾਉਂਡ ਕਰ ਰਹੇ ਹਾਂ ਔਰ ਚਲਾਨ ਕੱਟ ਰਹੇ ਹਾਂ। ਔਰ ਜੇ ਕੋਈ ਜ਼ਰੂਰਤ ਪੈਂਦੀ ਹੈ ਸਾਨੂੰ ਦੱਸਿਆ ਅਤੇ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ਰੀ ਭੇਜਿਆ। ਨਹੀਂ, ਬਹੁਤ ਫਰਕ ਪਿਆ, ਸੈਮੀਨਾਰਾਂ ਦੇ ਨਾਲ ਅਵੇਅਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ। ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ, ਮਤਲਬ ਬਹੁਤ ਘੱਟ ਅਰੀਅਰ ਕੇਸ ਆ ਕਿਤੇ ਨਾ ਕਿਤੇ ਬੱਚਾ ਮਿਲਦਾ ਔਰ ਨਹੀਂ ਹੁੰਦਾ, ਮਤਲਬ ਕਾਫੀ ਸਾਰਥਕ ਨਤੀਜੇ ਆ। ਲਗਭਗ 7-8 ਚਲਾਨ ਕੀਤੇ ਆ, ਬਾਕੀ ਕੁਛ ਵਹੀਕਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਔਰ ਨਾਕਾ ਲਗਾਤਾਰ ਜਾ ਰਹੀ ਹੈ। ਬਿਲਕੁਲ ਬਿਲਕੁਲ, ਦਾਸ ਗਰਾਊਂਡ ਸਕੂਲ ਦੇ ਬਾਹਰ ਵੀ ਨਾਕਾ ਲਗਾਈ ਦਾ ਅਤੇ ਦੇਸ਼ ਸਮਾਜ ਦੇ ਬਾਹਰ ਵੀ ਲਗਾਤਾਰ ਲਾ ਰਹੇ ਹਾਂ ਔਰ ਕਾਰਵਾਈ ਕਰ ਰਹੇ ਹਾਂ। ਉਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਵੀ 18 ਸਾਲ ਦੇ ਘੱਟ ਉਮਰ 'ਚ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਵਹੀਕਲ ਨਾ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਾਤ ਪੂਰੇ ਰੱਖਣ ਤਾਂ ਹੀ ਉਹਨਾਂ ਨੂੰ ਕਿਸੇ ਸਮੱਸਿਆ